ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਤਸਵੀਰ ਵੀ ਹੈ ਅਤੇ ਨਾਲ ਹੀ ਇੱਕ ਕੈਪਸ਼ਨ ਵੀ ਲਿਖਿਆ ਗਿਆ। ਇਸ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਕਿ ਇੱਕ ਵਿਅਕਤੀ ਜੋ ਡਾਕਟਰਾਂ ਦੇ ਵੱਲੋਂ ਮ੍ਰਿਤਕ ਦੱਸਿਆ ਗਿਆ ਉਹ ਜਿੰਦਾ ਹੋ ਜਾਂਦਾ ਅਤੇ ਇਹ ਕੈਪਸ਼ਨ ਇਸ ਤਰ੍ਹਾਂ ਹੈ ਕੁਝ ਕਿ ਵੀਰ ਜੀ, ਸਾਡੇ ਪਿੰਡ ਬੂਟਾ ਹਰੇ ਅੱਜ ਕਰਾਮਾਤ ਹੋਈ ਹੈ। ਸਾਡੇ ਪਿੰਡ ਦਾ ਵੀਰ ਹਰਜੀਤ ਸਿੰਘ ਮੰਗੂ ਵੀਰ ਅੱਜ ਦੁਪਹਿਰ 1 ਵਜੇ ਅਕਾਲ ਚਲਾਣਾ ਕਰ ਗਏ ਸੀ। ਸੰਸਕਾਰ ਦੀ ਤਿਆਰੀ ਹੋ ਗਈ ਸੀ, ਗੁਰਦੁਆਰੇ ਅਨਾਊਂਸਮੈਂਟ ਵੀ ਹੋ ਗਈ ਸੀ, ਤੱਪੜ ਵਿੱਚ ਗਏ ਸਨ, ਵੀਰ ਵੱਲੋਂ ਅੱਖਾਂ ਦਾਨ ਕੀਤੀਆਂ ਗਈਆਂ ਸਨ ਜੋ ਡਾਕਟਰਾਂ ਨੇ ਕੱਢ ਲਈਆਂ ਸਨ। ਜਦੋਂ ਬਾਡੀ ਡੇਂਜਰੋਂ ਕੋਲ ਆਈ ਤਾਂ ਵੀਰ ਦੇ ਸਾਹ ਚੱਲ ਗਏ, ਧੜਕਣ ਚੱਲ ਪਈ ਅਤੇ ਵੀਰ ਨੂੰ ਵਾਪਿਸ ਲੈ ਗਏ ਹੁਣ ਲੁਧਿਆਣੇ ਅਤੇ ਵੀਰ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ। ਵਾਹਿਗੁਰੂ ਮਿਹਰ ਕਰੇ, ਵੀਰ ਬਹੁਤ ਜ਼ਿਆਦਾ ਸਮਾਜ ਸੇਵਾ ਕਾਰਜ ਕਰਦਾ ਹੈ, ਸ਼ਾਇਦ ਰੱਬ ਨੇ ਹੋਰ ਸੇਵਾ ਲੈਣੀ ਹੈ ਵੀਰ ਤੋਂ। ਇਸ ਖਬਰ ਨੂੰ ਲੋਕ ਬਹੁਤ ਜ਼ਿਆਦਾ ਵਾਇਰਲ ਕਰ ਰਹੇ ਨੇ, ਜਿਹੜਾ ਦੇਖਦਾ ਹੈ ਸ਼ੇਅਰ ਕਰੀ ਜਾ ਰਿਹਾ, ਪਰ ਜਦੋਂ ਇਹ ਸਾਡੇ ਕੋਲ ਪੁੱਜਦੀ ਹੈ ਤਾਂ ਅਸੀਂ ਇਸ ਦੀ ਸੱਚਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਗੱਲਬਾਤ ਕੀਤੀ ਹੈ ਤਾਂ ਉਹ ਤੁਹਾਨੂੰ ਵੀ ਸੁਣਾਉਣ ਜਾ ਰਹੇ ਹਾਂ। ਜ਼ਰੂਰ ਸੁਣੋ ਤੁਸੀਂ ਰਿਕਾਰਡਿੰਗ ਅਤੇ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਫਵਾਹਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਅਤੇ ਜੋ ਅੰਧ ਵਿਸ਼ਵਾਸ ਫੈਲ ਰਿਹਾ ਇਸ ਤਸਵੀਰ ਦੇ ਨਾਲ ਉਸ ਨੂੰ ਵੀ ਰੋਕ ਸਕੀਏ। ਸੋ ਤੁਸੀਂ ਬੂਟਾ ਹਰੀ ਪਿੰਡ ਦੇ ਹੋ ਜੀ? ਹਾਂਜੀ ਹਾਂਜੀ ਵੀਰ ਜੀ, ਹਾਂਜੀ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਵੀ ਬੂਟਾ ਹਰੀ ਪਿੰਡ ਦੇ ਵਿੱਚ ਇੱਕ ਮ੍ਰਿਤਕ ਬੰਦਾ ਜਿਹੜਾ ਹੈਗਾ ਉਹ। ਜੀ ਜੀ ਵੀਰ ਜੀ ਜੀ, ਹਾਂਜੀ ਹਾਂਜੀ ਹਾਂਜੀ, ਇਹ ਸੱਚ ਹੈ ਜੀ? ਹਾਂ ਵੀਰ ਜੀ, ਤੁਸੀਂ ਮੈਨੂੰ ਹੁਣ ਇਹ ਨਹੀਂ ਪਤਾ ਵੀ ਤੁਸੀਂ ਮਤਲਬ ਕੀ ਚੀਜ਼ ਪੜ੍ਹੀ ਆ, ਮਤਲਬ ਬਹੁਤ ਅਫਵਾਹਾਂ ਉੱਡ ਰਹੀਆਂ ਨੇ। ਇੰਨਾ ਤੁਸੀਂ ਕੀ ਪੜ੍ਹਿਆ? ਅਸੀਂ ਇੰਨਾ ਪੜ੍ਹਿਆ, ਮੈਂ ਜਿਹੜਾ ਪੜ੍ਹਿਆ ਏ ਵੀ ਇੱਥੇ ਇੱਕ ਸੇਵਾ ਜਿਹੜਾ ਕਰਦੇ ਸੀ ਸਮਾਜ ਸੇਵੀ, ਉਹਨਾਂ ਦੀ ਡੈਥ ਹੁੰਦੀ ਹੈ ਤੇ ਉਹਨਾਂ ਨੇ ਅੱਖਾਂ ਦਾਨ ਕੀਤੀਆਂ ਹੋਈਆਂ ਸੀ ਜੀ, ਡਾਕਟਰਾਂ ਨੇ ਅੱਖਾਂ ਵੀ ਕੱਢ ਲਈਆਂ ਸੀ। ਨਹੀਂ ਇਹ ਗਲਤ ਹੈ ਜੀ, ਮੈਂ ਸਮਝ ਗਿਆ ਜੋ ਤੁਹਾਡੇ ਤੱਕ ਮੈਸੇਜ। ਰੀਅਲ ਧਿਰ ਇਹ ਹੈ ਵੀਰ ਜੀ, ਜਿਵੇਂ ਪਰਿਵਾਰ ਨਾਲ ਸੰਬੰਧ ਰੱਖਦਾ ਵੀਰ ਹੈ ਜੀ, 38 ਸਾਲ ਦੀ ਉਹਦੀ ਉਮਰ ਹੈ, 2 ਬੱਚੇ ਨੇ ਉਹਦੇ ਜੀ, ਤੇ ਉਹਦੀ 2K ਪੇਂਟ ਗੱਡੀਆਂ ਵਾਲੇ ਪੇਂਟ ਦੀ ਦੁਕਾਨ ਆ ਜੀ। ਸਮਾਜ ਸੇਵੀ ਬੰਦਾ, ਗੁਰਸਿੱਖ ਬੰਦਾ, ਅੰਮ੍ਰਿਤਾ ਜੀ ਸਿੱਖ ਹੈ ਜੀ, ਤੇ ਉਹਦੇ ਬ੍ਰੇਨ ਹੈਮਰੇਜ ਹੋਣ ਕਰਕੇ ਮਤਲਬ DMC ਹੌਸਪੀਟਲ ਲੈ ਗਏ ਲੁਧਿਆਣੇ ਜੀ, ਤੇ ਉਹਦਾ ਬ੍ਰੇਨ ਦਾ ਆਪਰੇਸ਼ਨ ਹੋਇਆ ਜੀ। 72 ਘੰਟੇ ਦਾ ਟਾਈਮ ਦਿੱਤਾ ਗਿਆ ਸੀ ਡਾਕਟਰਾਂ ਵੱਲੋਂ ਕਿ ਜੇ 72 ਘੰਟੇ ਵੈਂਟੀਲੇਟਰ ਬਾਅਦ ਉਤਾਰ ਦਿੱਤਾ ਜਾਊਗਾ ਜੀ, 72 ਘੰਟੇ ਸਹੀ ਰਹਿ ਗਿਆ ਜੀ, ਤੇ ਉਸ ਤੋਂ ਬਾਅਦ ਇਹ ਖਤਰੇ ਤੋਂ ਬਾਹਰ ਆ। ਪਰ 72 ਘੰਟਿਆਂ ਤੋਂ ਪਹਿਲਾਂ ਹੀ ਡਾਕਟਰਾਂ ਵੱਲੋਂ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ ਜੀ DMC ਚੋਂ। ਅੱਛਾ ਜੀ। ਕਿ ਉਹਦੀ ਹਾਰਟ ਬੀਟ ਬੰਦ ਹੋ ਗਈ, ਮਤਲਬ ਡਿਕਲੇਅਰ ਕਰਤਾ ਕਿ ਇਹ ਡੈਡ ਆ ਜੀ, ਉਹਦੀਆਂ ਨਾਲੀਆਂ ਵਗੈਰਾ ਉਤਾਰਤੀਆਂ, ਵੈਂਟੀਲੇਟਰ ਤੋਂ ਉਤਾਰਤਾ, ਸਾਰਾ ਕੁਛ ਉਤਾਰ ਕੇ ਜੀ ਉਹਨੂੰ ਮਤਲਬ ਗੱਡੀ ਚ ਪਾ ਲਿਆ ਜੀ। ਪਿੰਡ ਦੇ ਵਿੱਚ ਮਤਲਬ ਮੈਸੇਜ ਲੱਗ ਗਏ, 10 ਵੀਰ ਤੋਂ ਗੁਰਦੁਆਰਾ ਕਮੇਟੀ ਚ ਮੈਂਬਰ ਆ, ਮੈਨੂੰ ਵੀ ਫੋਨ ਆ ਗਿਆ ਵੀਰ ਉਹਨਾਂ ਦਾ ਕਿ ਘਰੇ ਪਹੁੰਚੋ, ਔਰ ਅਸੀਂ ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਾਤੀ ਸੀ ਵੀ 5 ਵਜੇ ਉਹਦਾ ਸੰਸਕਾਰ ਹੈ, ਔਰ ਉਹਨੂੰ ਰਸਤੇ ਚ ਲੈ ਕੇ ਆ ਰਹੇ ਸੀਗੇ ਤੇ ਉਹਦੀਆਂ ਅੱਖਾਂ ਡੋਨੇਟ ਕੀਤੀਆਂ ਹੋਈਆਂ ਸੀ ਜ਼ਰੂਰ ਜੀ, ਤੇ ਜਦੋਂ ਉਹਨੂੰ ਲੈ ਕੇ ਆਏ ਇੱਥੇ ਡੇਲੋ ਹੌਸਪੀਟਲ, ਇੱਥੇ ਆ ਕੇ ਮਤਲਬ ਉਹਦੀ ਡਰੈਸਿੰਗ ਵਗੈਰਾ ਕਰਨ ਲੱਗੇ ਜੀ, ਕਿਉਂਕਿ ਉਹਦੇ ਨਾਲੀਆਂ ਵਗੈਰਾ ਕਾਫੀ ਉਤਾਰ ਦਿੱਤੀਆਂ ਸੀ, ਪਰ ਕੁਝ ਉਹਨਾਂ ਨੇ ਉੱਕਣੀ ਨਾਲੀ ਉਹ ਕਰਤੀਆਂ ਸੀਗੀਆਂ, ਬੰਨਤੀਆਂ ਸੀ ਜੀ, ਉਹ ਫਿਰ ਇਹ ਸੀ ਵੀ ਉਹਨੂੰ ਘਰ ਲੈ ਕੇ ਆਉਣਾ ਵੀ ਜਿਹੜੀਆਂ ਫਾਲਤੂ ਨੇ ਉਹ ਤਰਵਾ ਦਈਏ। ਉਹ ਜਦੋਂ ਉਹਨੂੰ ਡੇਲੋ ਸਿਵਲ ਹੌਸਪੀਟਲ ਦੇ ਵਿੱਚ ਰੱਖਿਆ ਤੇ ਉੱਥੇ ਜਿਹੜੇ ਡਾਕਟਰ ਸਾਹਿਬ ਨੇ ਉਹ ਜਦੋਂ ਮਤਲਬ ਨਾਲੀ ਉਤਾਰਨ ਲਈ ਆਏ, ਉਹਨਾਂ ਨੇ ਚੈੱਕਅਪ ਕੀਤਾ, ਹੋ ਸਕਦਾ ਕਿ ਸਾਨੂੰ ਹਲੇ ਕਲੀਅਰ ਨਹੀਂ ਹੋਇਆ ਕਿ ਇੱਥੇ ਉਹਦੀਆਂ ਅੱਖਾਂ ਡੋਨੇਟ ਕਰਨ ਲਈ ਵੀ ਉਹਨੂੰ ਰੋਕਿਆ ਹੋਵੇ ਜੀ, ਤੇ ਜਦੋਂ ਉਹਦੀ ਮਤਲਬ ਚੈੱਕ ਕੀਤਾ ਉਹ ਕਹਿੰਦੇ ਇਹਦੀ ਹਾਰਟ ਬੀਟ ਚੱਲ ਰਹੀ ਆ, BP ਚੈੱਕ ਕੀਤਾ BP ਆ ਗਿਆ, ਉਹਦੀ ਪਲਸ ਵੀ ਦੁਬਾਰਾ ਚੱਲ ਪਈ ਤੇ ਹਾਰਟ ਬੀਟ ਵੀ ਚੱਲ ਪਈ, ਮਤਲਬ ਇਹ ਹਾਂ ਹਲੇ ਕੋਈ ਅੱਖਾਂ ਡੋਨੇਟ ਨਹੀਂ ਹੋਈਆਂ ਸੀ। ਉਸ ਤੋਂ ਬਾਅਦ ਉਹਨੂੰ ਚੱਕਿਆ ਜੀ, ਚੱਕ ਕੇ ਵੀਰ ਨੂੰ ਅਪੋਲੋ ਹੌਸਪੀਟਲ ਲੈ ਗਏ ਤੇ ਅਪੋਲੋ ਦੇ ਵਿੱਚ ਜਦੋਂ ਚੈੱਕ ਕੀਤਾ ਗਿਆ ਤਾਂ ਉੱਥੇ ਉਹਦੀ ਪਲਸ ਵੀ ਸਹੀ ਆਈ, ਉਹਦੀ ਹਾਰਟ ਬੀਟ ਵੀ ਚੱਲ ਰਹੀ ਸੀ ਤੇ ਮਤਲਬ ਉਹਦੀ ਜੀ ਆਪਣੇ ਉਹਦਾ BP ਵੀ ਆ ਗਿਆ ਜੀ, ਤੇ ਇਹ ਸੀਗਾ ਕਿ ਉਹ ਕਿੱਥੇ ਵੈਲਟੀਨੇਟਰ ਤੇ ਸੀ, ਕਿੱਥੇ ਉਹ 3 ਘੰਟੇ ਬਿਨਾਂ ਆਕਸੀਜਨ ਬਿਨਾਂ ਵੈਲਟੀਨੇਟਰ ਤੋਂ ਰਿਹਾ ਜੀ, ਬਿਲਕੁਲ ਉਹਨੂੰ ਦੁਬਾਰਾ ਅਪੋਲੋ ਦੇ ਵਿੱਚ ਕਿਹਾ ਜਾ ਸਕਦਾ ਇਹਨੂੰ ਜੀ, ਬਿਲਕੁਲ ਬਿਲਕੁਲ ਕ੍ਰਿਸ਼ਮਈਆ, ਬਿਲਕੁਲ ਜੀ ਬਿਲਕੁਲ ਕ੍ਰਿਸ਼ਮਈਆ, ਤੇ ਮਤਲਬ ਇਹ ਸੀ ਕਿ DMC ਚ ਉਹਨੂੰ ਡਿਕਲੇਅਰ ਕੀਤਾ ਗਿਆ ਡਾਕਟਰਾਂ ਵੱਲੋਂ, 3 ਘੰਟੇ ਉਹ ਮਤਲਬ ਰਿਹਾ ਵਾ ਰਸਤੇ ਚ ਇਸੇ ਤਰ੍ਹਾਂ ਹੀ, ਕਿਉਂਕਿ ਉੱਥੇ ਵੀ ਟਾਈਮ ਲੱਗਿਆ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ, ਪਿੰਡ ਦੇ ਵਿੱਚ ਪੂਰਾ ਪਿੰਡ ਰਿਸ਼ਤੇਦਾਰ ਸਭ ਆ ਗਏ ਸੀ, ਇੱਥੋਂ ਤੱਕ ਕਿ ਉਹਦੇ ਮਤਲਬ ਲਾਸਟ ਟਾਈਮ ਵਾਲੇ ਜੋ ਆਪਾਂ ਕੱਪੜੇ ਸਮਾਉਣੇ ਹੁੰਦੇ ਆ ਉਹ ਵੀ ਸਿਲ ਚੁੱਕੇ ਸੀਗੇ, ਔਰ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਸਾਰੀ ਤਿਆਰੀ ਕਰਤੀ ਸੀ ਸੰਸਕਾਰ ਦੀ, ਕਿਉਂਕਿ ਸਾਡੇ ਇੱਥੇ ਦੂਜੀਆਂ ਗੈਸ ਵਾਲੀਆਂ ਭੱਠੀਆਂ ਹੀ ਨੇ। ਪਰਿਵਾਰ ਦੀ ਕਿਵੇਂ ਦੀ ਹਾਲਤ ਸੀ ਜੀ ਉਦੋਂ, ਤੇ ਜਦੋਂ ਪਤਾ ਲੱਗਿਆ ਤੇ ਉਵੇਂ ਉਦੋਂ ਕਿਵੇਂ ਦੀ ਹਾਲਤ ਹੋਈ ਫਿਰ? ਵੀਰ ਜੀ ਇਹ ਸੀ ਕਿ ਪਰਿਵਾਰ ਦੀ, ਚਲੋ ਦੇਖੋ ਨੌਜਵਾਨ ਪੁੱਤ ਹੋਵੇ, ਘਰ ਚ ਇਕੱਲਾ ਭਰਾ ਹੋਵੇ, ਇੱਕ ਭੈਣ ਆ ਇੱਕ ਭਰਾ ਵਾ, ਬਿਲਕੁਲ ਹਾਂਜੀ, ਤੇ ਬਾਪ ਹੈ ਨੀ, ਪਿਤਾ ਜੀ ਦੀ ਡੈਥ ਹੋਈ ਆ ਤੇ ਮਾਤਾ ਜੀ ਬਜ਼ੁਰਗ ਨੇ, ਤੇ ਸ਼ਾਇਦ ਇਸ ਕੰਡੀਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕੀ ਹਾਲ ਹੋਊਗਾ ਘਰ ਦਾ। ਪਰ ਜਦੋਂ ਇਹ ਖਬਰ ਮਿਲੀ
ਤੇ ਸਾਡੇ ਨਗਰ ਨੇ ਜਦੀ ਉਸ ਵਕਤ ਮਤਲਬ ਸਾਰਾ ਪਿੰਡ ਉੱਠ ਖੜੇ ਉਹਨਾਂ ਦੇ ਘਰ ਚੋਂ ਕਿ ਆਪਾਂ ਉਹਦੀ ਲੰਬੀ ਆਰਜ਼ੂ ਲਈ ਮਹਾਰਾਜ ਅੱਗੇ ਅਰਦਾਸ ਕਰੀਏ, ਔਰ ਇੱਥੇ ਬੈਠਣ ਦੀ ਬਜਾਏ ਘਰ ਜਾ ਕੇ ਆਪਾਂ 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 ਨਿਤਨੇਮ ਜਾਂ ਜੋ ਵੀ ਪਾਠ ਜਿਹਨੂੰ ਜਿਤਨਾ ਵੀ ਆਉਂਦਾ ਵਾਹਿਗੁਰੂ ਬੰਨੀ ਦਾਤ ਹੈ ਉਹ ਪਾਠ ਕਰਕੇ ਉਹਦੇ ਨਿਮਿਤ ਅਰਦਾਸ ਕਰੀਏ ਕਿ ਉਹਨੂੰ ਤੰਦਰੁਸਤੀ ਬਖਸ਼ੀ ਜਾਵੇ। ਤੇ ਅੱਜ ਪਰਿਵਾਰ ਦੀ ਸਿਰਫ ਇਹ ਕੰਡੀਸ਼ਨ ਆ ਕਿ ਉਹ ਬਸ ਇੱਕੋ ਗੱਲ ਕਹਿ ਰਹੇ ਨੇ ਕਿ ਅਸੀਂ ਅਰਦਾਸ ਕਰ ਰਹੇ ਹਾਂ ਤੁਸੀਂ ਵੀ ਅਰਦਾਸ ਕਰੋ। ਹਾਂਜੀ ਹਾਂ, ਤੇ ਜਿਹੜੀ ਹਰਜੀਤ ਸਿੰਘ ਅਜੀ ਵੀਰ ਦਾ ਨਾਮ, ਜਿਹੜੀ ਉਹਦੀ ਅੱਜ ਦੀ ਕੰਡੀਸ਼ਨ ਹੈ ਜੀ ਉਹ ਇਹ ਹੈ ਹਾਲੇ ਤੱਕ ਕਿ ਉਹਦੇ ਵੈਂਟੀਲੇਟਰ ਦੇ ਉੱਪਰ ਹੈ ਤੇ ਉਹਦਾ ਇੱਕ ਇੱਕ ਸਰਜਰੀ ਉਹਦੀ ਦੁਆਰਾ ਹੋਈ ਹੈ ਜੀ ਅਪੋਲੋ ਹਸਪੀਟਲ ਦੇ ਵਿੱਚ ਜੀ। ਉਹ ਸਰਜਰੀ ਤੋਂ ਬਾਅਦ ਉਹਦੀ ਜਿਹੜੀ ਸਕੈਨ ਆਈ ਆ ਉਹ ਚੋਂ ਕੁਛ ਪੁਆਇੰਟ ਪੋਜ਼ਿਟਿਵ ਆਏ ਨੇ, ਮਤਲਬ ਕੁਛ ਅੰਕ ਨਹੀਂ ਕਹਿ ਸਕਦੇ, ਕੁਛ ਪੁਆਇੰਟ ਪੋਜ਼ਿਟਿਵ ਆਏ ਨੇ ਤੇ ਅੱਜ ਇੱਕ ਉਹਦੀ ਸਕੈਨ ਹੋਣੀ ਆ ਤੇ ਉਹ ਸਕੈਨ ਤੋਂ ਬਾਅਦ ਵੀ ਦੀ ਮਤਲਬ ਜੇ ਉਹ ਸਕੈਨ ਪੋਜ਼ਿਟਿਵ ਆ ਜਾਂਦੀ ਹੈ ਤਾਂ ਉਹਨੂੰ ਸ਼ਾਮ ਤੋਂ ਵੈਂਟੀਲੇਟਰ ਉਤਾਰ ਦਿੱਤਾ ਜਾਊਗਾ, ਉਹ ਪੋਜ਼ਿਟਿਵ ਪੁਆਇੰਟ ਹੋਊਗਾ। ਹਾਂ, ਹਾਲੇ ਤੱਕ ਉਹ ਵੀਰ ਨੂੰ ਕੋਈ ਸੁਰਤ ਨਹੀਂ। ਇੱਕ ਕਿਸਮ ਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਡਾਕਟਰੀ ਲੈਂਗੁਏਜ ਦੇ ਵਿੱਚ ਕਿ ਉਹ ਕੋਮਾ ਚ ਆ, ਉਹਦੀ ਹਾਰਟਬੀਟ ਸਹੀ ਹੈ, ਪਲਸ ਸਹੀ ਹੈ, ਬੀਪੀ ਸਹੀ ਹੈ ਜੀ। ਨੰਬਰ ਮਿਲਦਾ ਹੈ ਜੀ ਮਨਜੀਤ ਸਿੰਘ ਜੀ ਦਾ, ਜਿਹੜੇ ਕਿ ਇਸ ਵੇਲੇ ਹਰਜੀਤ ਸਿੰਘ ਜੀ ਦੇ ਕੋਲ ਹੀ ਨੇ, ਜਿਨ੍ਹਾਂ ਨੂੰ ਮ੍ਰਿਤਕ ਦੱਸਿਆ ਗਿਆ ਸੀਗਾ ਉਹਨਾਂ ਦੇ ਕੋਲ ਨੇ। ਅਪੋਲੋ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ, ਵਾਪਸ ਲੈ ਗਏ ਸੀ ਡਾਕਟਰਾਂ ਦੇ ਵੱਲੋਂ। ਬੇਸ਼ੱਕ ਜ਼ਰੂਰ ਇਹ ਉਹਨਾਂ ਦਾ ਵੀ ਮੰਨਣਾ ਕਿ ਦੱਸਿਆ ਗਿਆ ਸੀ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ, ਪਰ ਕੀ ਹੁੰਦਾ ਹੈ ਸਾਰੀ ਗੱਲਬਾਤ ਤੁਸੀਂ ਮਨਜੀਤ ਸਿੰਘ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਤਾਂ ਉਹ ਤੁਹਾਨੂੰ ਵੀ ਸੁਣਾਉਣ ਜਾ ਰਹੇ ਹਾਂ। ਦੇਖੋ ਜੀ, ਮੈਨੂੰ ਪਤਾ ਮੈਂ ਇਹ ਨੰਬਰ ਤੁਹਾਡਾ ਨੰਬਰ ਲੈਣ ਦੇ ਲਈ ਕਿੰਨੇ ਫੋਨ ਕੀਤੇ ਨੇ, ਕਿਹਦੇ ਨਾਲ ਸੰਪਰਕ ਕੀਤਾ, ਕਿਉਂਕਿ ਅਸੀਂ ਚਾਹੁੰਦੇ ਸੀ ਵੀ ਇਹ ਜੋ ਅਫਵਾਹਾਂ ਫੈਲ ਰਹੀ ਹੈ ਔਰ ਇੱਕ ਅੰਧ ਵਿਸ਼ਵਾਸ ਇਹਦੇ ਨਾਲ ਜਾ ਰਿਹਾ ਹੈ ਲੋਕਾਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਆਪਾਂ ਉਹਨੂੰ ਰੋਕ ਸਕੀਏ, ਇਸ ਲਈ ਸੱਚ ਜਾਣਨਾ ਚਾਹੁੰਦਾ ਸੀ। ਇੱਕ ਸੰਦੇਸ਼ ਮੈਂ ਤੁਹਾਡੇ ਜ਼ਰੀਏ ਜ਼ਰੂਰ ਕਹੂੰਗਾ, ਤੁਸੀਂ ਜ਼ਰੂਰ ਲੋਕਾਂ ਨੂੰ ਦੇ ਦਿਓ, ਔਰ ਨਾਲ ਹੀ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਡਾਕਟਰਾਂ ਦੇ ਵੱਲੋਂ ਪਹਿਲਾਂ ਮ੍ਰਿਤਕ ਐਲਾਨਿਆ ਗਿਆ ਜੀ ਡੀਐਮਸੀ ਦੇ ਵਿੱਚ। ਮੈਂ ਉਹੀ ਤੁਹਾਨੂੰ ਉਹ ਕਲੀਅਰ ਕਰਦਾ, ਸਾਰਿਆਂ ਨਾਲ ਵੱਡੀ ਚੀਜ਼ ਕਿਹਾ ਕਿ ਅਸੀਂ ਹਜੇ ਅਫਵਾਹਾਂ ਤੇ ਧਿਆਨ ਨਹੀਂ ਦਿੰਦੇ, ਕਿਉਂਕਿ ਸਾਡੇ ਦੁਨੀਆਂ ਤੁਹਾਨੂੰ ਵੱਧ ਤੋਂ ਵੱਧ ਚੰਗਾ ਕਹਿ ਸਕਦੀ ਹੈ, ਘੱਟ ਤੋਂ ਘੱਟ ਸਾਨੂੰ ਮਾੜਾ ਕਹਿ ਸਕਦੀ ਹੈ ਜੀ। ਸਾਡਾ 100% ਇਸ ਚੀਜ਼ 'ਤੇ ਆ ਕਿ ਅਸੀਂ ਉਹ ਇੱਕ ਜਾਨ ਬਚਾ ਲਈਏ ਜਿਹਦੀ ਸਾਨੂੰ ਲੋੜ ਆ, ਸਾਡੇ ਸਮਾਜ ਨੂੰ, ਸਾਡੇ ਪਿੰਡ ਨੂੰ ਲੋੜ ਆ ਜੀ। ਬਹੁਤ ਅਫਵਾਹ ਹੁੰਦੀ, ਜੇ ਕੋਈ ਫੋਨ ਕਰ ਲੈਂਦਾ ਮੈਂ ਉਹਨੂੰ ਉਨਾ ਕੁ ਦੱਸ ਦੇਣਾ ਕਿ ਕੋਈ ਏਦਾਂ ਦਾ ਅੱਖਾਂ ਵਾਲਾ ਕੁਛ ਨਹੀਂ ਹੈਗਾ, ਠੀਕ ਹੈ ਜੀ। ਪਰ ਮੈਂ ਅਸੀਂ ਕਿਸੇ ਨੂੰ ਪਾਰਟੀਕੂਲਰ ਨਾ ਫੋਨ ਕਰਦੇ ਹਾਂ, ਨਾ ਅਸੀਂ ਕਿਸੇ ਨੂੰ ਚਾਹੁੰਦੇ ਹਾਂ ਕਿ ਅਸੀਂ ਕੁਛ, ਸਾਨੂੰ ਪਤਾ ਸਾਡੇ ਦੀਆਂ ਅੱਖਾਂ ਹੈਗੀਆਂ ਨੇ, ਸਾਡੇ ਦਾ ਜੋ ਹੈਗਾ, ਇਸ ਕਰਕੇ ਸਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਰੂਟੀਨ 'ਚ ਹਰ ਬੰਦੇ ਨਾਲ ਚੱਲਦੀਆਂ ਨੇ, ਉਹਦਾ ਵਿਰੋਧ ਵੀ ਹੁੰਦਾ, ਉਹਦਾ ਪੱਖ ਵੀ ਹੁੰਦਾ, ਉਹ ਬੰਦੇ ਦੀ ਉਹਦੀ ਆਤਮਾ ਸੈਟਿਸਫਾਈ ਹੋਣੀ ਚਾਹੀਦੀ ਹੈ ਕਿ ਤੂੰ ਜੋ ਕਰ ਰਿਹਾ ਤੂੰ ਆਪਦੀ ਪੱਗ ਬੰਨਣ ਵੇਲੇ ਅੱਖ ਚੱਕ ਪਾਉਂਦਾ ਚਾਹੀਦਾ, ਦੁਨੀਆਂ ਨੇ ਕੁਛ ਨਹੀਂ ਕਿਸੇ ਨੂੰ ਪੈਨਸ਼ਨ ਲਾ ਦੇਣੀ ਜੀ, ਠੀਕ ਹੈ ਜੀ। ਇਸ ਕਰਕੇ ਜਿਹੜਾ ਉਹ ਐਪੀਸੋਡ ਹੋਇਆ ਕਿ ਹਾਂ ਉਹ ਧੜਕਣ ਚੱਲੀ, ਉਹਦੇ ਨਾਲ ਅਸੀਂ ਵੀ ਐਗਰੀ ਹਾਂ ਜੀ, ਕਿਉਂਕਿ ਕੀ ਕਾਰਨ ਕੀ ਸੀ ਕਿ ਬ੍ਰੇਨ ਹੈਮਰੇਜ ਸੀਗਾ ਜੀ। ਸਾਨੂੰ ਸਾਨੂੰ ਪਤਾ ਲੱਗਿਆ, ਸਾਨੂੰ ਡਾਕਟਰ ਨੇ ਦੱਸਿਆ ਕਿ ਇੱਕ ਬੰਦੇ ਦੇ ਦਿਮਾਗ ਦੇ 15 ਪੁਆਇੰਟ ਹੁੰਦੇ ਆ ਜੀ ਜੀ, ਜਦੋਂ ਬੰਦਾ ਜਿਉਂਦਾ, ਔਰ ਉਹ ਕਹਿੰਦੇ ਦਿਮਾਗ ਇੱਕ ਏਦਾਂ ਦੀ ਚੀਜ਼ ਆ ਕਿ ਬੰਦੇ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਜਦੋਂ ਬੰਦਾ ਡੈਡ ਵੀ ਰਹਿੰਦਾ ਉਦੋਂ ਵੀ ਜਿਹੜਾ ਬ੍ਰੇਨ ਹੈਮਰੇਜ ਆ ਉਹ 3 ਪੁਆਇੰਟਾਂ ਤੇ ਖੜਾ ਹੁੰਦਾ, 3 ਨੰਬਰਾਂ ਤੇ ਖੜਾ ਹੁੰਦਾ ਜੀ, ਠੀਕ ਆ ਜੀ। ਉਹ ਹੁਣ ਜਿਵੇਂ ਹੁਣ ਵੀ ਉਹ ਪਿਆ, ਹੁਣ ਉਹਦੇ ਸਾਹ ਚੱਲ ਰਹੇ ਆ, ਪਰ ਉਹਦਾ ਬ੍ਰੇਨ ਹੁਣ ਵੀ ਡੈਡ ਆ, ਹੁਣ ਵੀ ਉਹ 4 ਪੁਆਇੰਟਾਂ ਤੇ ਖੜਾ, ਉਹਨੂੰ M2 ਕਹਿੰਦੇ ਆ ਸ਼ਾਇਦ ਆਪਣੀ ਭਾਸ਼ਾ ਦੇ ਵਿੱਚ ਜੀ। ਮਤਲਬ ਜਿਵੇਂ ਜਿਹੜਾ ਦਿਮਾਗ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਦਿਮਾਗ ਮਰ ਚੁੱਕਿਆ ਪਰ ਉਹਦਾ ਸਰੀਰ ਨਹੀਂ ਮਰ ਚੁੱਕਿਆ ਹਜੇ, ਠੀਕ ਹੈ। ਉਹ ਮਤਲਬ ਉਹ ਇੱਕ ਦੇਖੋ ਵਿਗਿਆਨ ਅਲੱਗ ਚੀਜ਼ ਆ, ਰੇਲ ਦੇ ਦੋ ਪਹਿਲੇ, ਸਿੱਕੇ ਦੇ ਦੋ ਪਹਿਲੂ ਹੁੰਦੇ ਨਾ, ਵਿਗਿਆਨ ਆਪਦੀ ਚਾਲ ਚੱਲਦਾ, ਧਰਮ ਆਪਦੀ, ਗੁਰੂ ਪਰਮੇਸ਼ਰ ਆਪਦੀ ਕਿਰਪਾ ਕਰਦਾ ਜਾਂ ਆਪਦੀ ਕਲਾ ਵਰਤਾਉਂਦਾ, ਹੈ ਨਾ ਜੀ ਜੀ। ਔਰ ਅਸੀਂ ਅਸੀਂ ਉਹਨਾਂ ਦੋਨਾਂ ਚੀਜ਼ਾਂ ਨੂੰ ਹੀ ਮੰਨਦੇ ਹਾਂ, ਅਸੀਂ ਨਾ ਤਾਂ ਅੰਧ ਵਿਸ਼ਵਾਸ 'ਚ ਜਾਂਦੇ ਹਾਂ ਕਦੇ ਵੀ, ਕਿਉਂਕਿ ਸਾਨੂੰ ਲੱਗਦਾ ਕਿ ਜਿਹੜਾ ਬਾਬੇ ਨਾਨਕ ਨੇ ਧਰਮ ਤੋਰਿਆ ਇੱਕ ਸੈਂਟੀਫਿਕ ਧਰਮ ਆ, ਹੈ ਨਾ, ਅਸੀਂ ਐਵੇਂ ਨਹੀਂ ਕਿਸੇ ਮੂਹਰੇ ਆਪਦਾ ਸਿਰ ਧਰ ਸਕਦੇ ਹੈਗੇ। ਬਿਲਕੁਲ ਜੀ। ਤੇ ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਜਿੰਨੀ ਪ੍ਰਕਿਰਤੀ ਆ ਉਹ ਮਾਲਕ ਦੀ ਆ, ਉਹ ਕੁਛ ਵੀ ਕਰ ਸਕਦਾ ਜੀ, ਉਹਦਾ ਪਿੰਗਲੇ ਨੂੰ ਪਹਾੜ ਚੜਾ ਸਕਦਾ, ਗੁੰਗੇ ਤੋਂ ਅਰਥ ਕਰਵਾ ਸਕਦਾ ਜੀ, ਗੁਰੂ ਦੀ ਕਿਰਪਾ ਤਾਂ ਕਿਤੇ ਵੀ ਹੋ ਸਕਦੀ ਹੈ ਜੀ, ਕਿਤੇ ਵੀ ਹੋ ਸਕਦੀ ਹੈ, ਕਿੰਨੀ ਵੀ ਹੋ ਸਕਦੀ ਹੈ, ਹਨਾ। ਜੇ ਅਸੀਂ ਅਜੇ ਪਰ ਕਿਰਪਾ ਨੂੰ ਆਪਾਂ ਨਕਾਰ ਨਹੀਂ ਸਕਦੇ ਜੀ, ਨਹੀਂ ਜੀ, ਕਦੇ ਵੀ ਨੀ, ਕਦੇ ਨੀ। ਅਸੀਂ 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 ਤਾਂ ਇਹ ਕਹਿੰਦੇ ਹਾਂ ਜੀ, ਅਸੀਂ ਮਤਲਬ ਸਾਡੀ ਐਜੂਕੇਸ਼ਨ, ਅਸੀਂ 3-3 ਹਜ਼ਾਰ ਵਾਲੇ ਲੋਕ ਡੱਬੇ ਬੰਨ ਕੇ ਫੈਕਟਰੀਆਂ ਜਾਣ ਵਾਲੇ ਲੋਕ, ਮਾਲਕ ਨੇ ਅੱਜ ਰਾਜ ਕਰਨ ਲਾਏ ਹੋਏ ਹਾਂ, ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ, ਔਰ ਜਿਹੜਾ ਅਸੀਂ ਵਿਚਰਦੇ ਹਾਂ ਉਸ ਪੱਖੋਂ ਵੀ, ਜਿਹੜੀਆਂ ਸੇਵਾਵਾਂ ਸਾਤੋਂ ਲੈਂਦਾ। ਤੇ ਭਾਈ ਹਰਜੀਤ ਸਿੰਘ ਜੀ ਦੇ ਰਿਕਵਰੀ ਹੁਣ ਕਿੰਨੀ ਕੁ ਹੋ ਰਹੀ ਹੈ ਜੀ, ਡਾਕਟਰਾਂ ਦਾ ਕੀ ਕਹਿਣਾ ਜੀ? ਲੈਟ ਸੀ ਤੇ ਨੇ ਜੀ, ਵੇਟ ਐਂਡ ਵਾਚ ਤੇ ਨੇ, ਸਰਜਰੀ ਹੋ ਗਈ ਆ ਇੱਕ, ਉਹਨਾਂ ਨੇ ਡੀਐਮਸੀ ਹੋ ਗਈ ਸੀ ਪਹਿਲੀ ਸਰਜਰੀ, ਦੂਸਰੀ ਸਰਜਰੀ ਜਦੋਂ ਅਸੀਂ ਪਰਸੋਂ ਆਏ ਹਾਂ ਇਹਨਾਂ ਲੋਕਾਂ ਨੇ, ਪੋਲੋ ਵਾਲਿਆਂ ਨੇ ਕਰ ਦਿੱਤੀ ਆ, ਔਰ ਉਹ ਸਾਨੂੰ ਕਹਿ ਰਿਹਾ ਕਿ ਥੋੜਾ ਜਿਹਾ ਵੇਟ ਕਰੋ, ਤੇ ਵੇਟ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਸਕਾਂਗੇ, ਸਕੈਨ ਹੋ ਰਹੀਆਂ ਨੇ,
ਤੇ ਤੁਹਾਨੂੰ ਹੁਣ ਪਤਾ ਹੀ ਆ ਜੀ ਬ੍ਰੇਨ ਦੇ ਵਿੱਚ ਕੋਈ ਵੀ ਓਵਰਨਾਈਟ ਦਾ ਕੁਛ ਹੁੰਦਾ ਨੀ ਹੈ ਨਾ, ਹਾਰਟ ਤੇ ਬ੍ਰੇਨ ਲਈ ਸਮਾਂ ਤਾਂ ਲੱਗਦਾ ਹੀ ਆ। ਚਲੋ ਪਰਮਾਤਮਾ ਨੂੰ ਅਸੀਂ ਵੀ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਮਾਏ ਮਿਹਰ ਕਰਨ ਜੀ ਜਗਦੀਪ ਵੀਰ ਲਈ ਮੈਂ ਕਰੂੰ ਤਾਂ ਕੱਲ ਨੂੰ ਜਗਦੀਪ ਵੀਰ ਮੇਰੇ ਲਈ ਖੜੂ, ਜੇ ਮੈਂ ਅੱਜ ਜਗਦੀਪ ਵੀਰ ਦਾ ਬੁਰਾ ਸੋਚੂ ਤਾਂ ਇਹਨੇ ਕੱਲ ਨੂੰ ਮੇਰਾ ਚੰਗਾ ਨੀ ਸੋਚਣਾ, ਕਿਉਂਕਿ ਹਰ ਬੰਦਾ ਉਦਾਂ ਦੀ ਸੋਚ ਰੱਖਦਾ। ਠੀਕ ਹੈ ਜੀ, ਤੇ ਜਰੂਰ ਮੈਂ ਆਪਦਾ ਨੰਬਰ ਸੇਵ ਕਰਾਂਗਾ, ਅਗਰ ਕਿਤੇ ਮੌਕਾ ਮਿਲਿਆ ਆਪ ਜੀ ਨੂੰ ਇਨਵਾਈਟ ਕਰਾਂਗੇ, ਕਿਉਂਕਿ ਸਾਡੇ ਸੋਸ਼ਲ ਫੰਕਸ਼ਨ ਦਿੰਦੇ ਰਹਿੰਦੇ, ਅਸੀਂ ਚਾਹੁੰਦੇ ਹਾਂ ਉਹਨਾਂ ਲੋਕਾਂ ਨਾਲ ਜੁੜੀ ਜਿਹੜੇ ਸਾਨੂੰ ਸਪੋਰਟ ਕਰ ਸਕਣ। ਨੀਤ ਤੇ ਨਿਯਤ ਸਾਫ ਵਾਲੇ ਲੋਕਾਂ ਦੇ ਨਾਲ ਜੀ ਪੰਜਾਬੀ ਲੋਕ ਚੈਨਲ ਹਮੇਸ਼ਾ ਖੜਾ ਜੀ, ਖੜਾ ਰਹੂਗਾ, ਅਸੀਂ ਇਹਦਾ ਸਵਾਗਤ ਕਰਾਂਗੇ। ਸੋ ਇਹ ਸੀ ਮਨਜੀਤ ਸਿੰਘ ਜੀ, ਜਿਹੜੇ ਕਿ ਹਰਜੀਤ ਸਿੰਘ ਮੰਗੂ ਦੇ ਕੋਲ ਹੀ ਨੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਫਵਾਹ ਨਾ ਫੈਲਾਈ ਜਾ ਸਕੇ ਅਤੇ ਅੰਧ ਵਿਸ਼ਵਾਸ ਨਾ ਫੈਲ ਸਕੇ। ਅਤੇ ਪੰਜਾਬੀ ਲੋਕ ਚੈਨਲ ਇੱਕ ਵਾਰ ਫਿਰ ਕਾਮਨਾ ਕਰਦਾ ਹੈ, ਅਰਦਾਸ ਕਰਦਾ ਹੈ, ਪਰਮਾਤਮਾ ਅੱਗੇ ਦੁਆ ਹੈ ਕਿ ਉਸ ਮਾਤਾ ਦਾ ਪੁੱਤ, ਜਿਹਦਾ ਇੱਕੋ ਇੱਕ ਪੁੱਤ ਹੈ ਅਤੇ ਇੱਕ ਭੈਣ ਹੈ ਇਸ ਵੀਰ ਦੀ, ਅਤੇ ਬੱਚੇ ਵੀ ਨੇ, ਅਤੇ ਆਪਣੇ ਬੱਚਿਆਂ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਬਹੁਤ ਜਲਦ ਤੰਦਰੁਸਤ ਹੋ ਕੇ ਇਹ ਵਾਪਸ ਪਰਤੇ। ਪਰਮਾਤਮਾ ਅੱਗੇ ਇਹੀ ਅਰਦਾਸ ਹੈ, ਪਰ ਲੋਕਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਵੀਰ ਦੇ ਲਈ ਅਰਦਾਸ ਜ਼ਰੂਰ ਕਰੋ, ਅਤੇ ਨਾਲ ਹੀ ਜੋ ਅੰਧ ਵਿਸ਼ਵਾਸ ਔਰ ਅਫਵਾਹ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਉਸ ਨੂੰ, ਇਸ ਵੀਡੀਓ ਨੂੰ ਸ਼ੇਅਰ ਕਰਕੇ ਰੋਕਣ ਦੀ ਕੋਸ਼ਿਸ਼ ਆਪਾਂ ਜ਼ਰੂਰ ਕਰ ਸਕਦੇ ਹਾਂ, ਅਤੇ ਰੋਕ ਵੀ ਕਾਫੀ ਹੱਦ ਤੱਕ ਪਾਵਾਂਗੇ। ਕੋਈ ਵੀ ਅਪਡੇਟ ਰਹਿੰਦੀ ਹੈ ਤਾਂ ਪੰਜਾਬੀ ਲੋਕ ਚੈਨਲ ਹਮੇਸ਼ਾ ਹੀ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਤੁਸੀਂ ਪੰਜਾਬੀ ਲੋਕ ਚੈਨਲ ਨਾਲ ਜ਼ਰੂਰ ਜੁੜੇ ਰਹੋ ਅਤੇ ਆਪਣੇ ਸਾਥੀਆਂ ਨੂੰ ਵੀ ਜੋੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।